ਬਿਸਮਿਲਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੀਆਂ ਭੈਣਾਂ ਅਤੇ ਔਰ ਬਾਈਆਂ ਨੂੰ ਡੇਰ ਡੇਰ ਸਾਡੇ ਤਰਫੋਂ ਸਲਾਮ ਹੋਵੇ। ਚਲੋ ਹੱਸਦੇ ਰਹੋ, ਚਲੋ ਵਸਦੇ ਰਹੋ, ਫੁੱਲਾਂ ਤਰ੍ਹਾਂ ਖਿਲਦੇ ਰਹੋ, ਕੁਛ ਬਹੁਤ ਤਰ੍ਹਾਂ ਮਹਿਕਦੇ ਰਹੋ, ਜਾਂ ਵੀ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਇਸ ਨੇਕ ਦੁਆ ਦੇ ਨਾਲ ਅਸੀਂ ਬਣਾਉਣ ਲੱਗੇ ਹਾਂ ਵਲੋਗ, ਤੁਹਾਨੂੰ ਵਿਖਾਉਂਦੇ ਹਾਂ ਕਿਹੜੀ ਚੀਜ਼ ਦਾ ਵਲੋਗ। ਅੱਜ ਦਾ ਸਾਲਣ ਬਣਾਇਆ ਉਹ ਤੁਹਾਨੂੰ ਵਿਖਾਇਆ, ਹੁਣ ਜਿਹੜੀ ਧਾਰਾਂ ਕੱਢਣ ਲੱਗੇ ਹਾਂ, ਅੱਗੇ ਟਾਈਮ ਸਾਡਾ ਹੋ ਗਿਆ, ਹੁਣ ਅਸੀਂ ਕੱਢਣ ਲੱਗੇ ਹਾਂ ਧਾਰਾਂ, ਤੁਹਾਨੂੰ ਉਹ ਵੀ ਵਿਖਾਉਂਦੇ ਹਾਂ ਜਿਹੜਾ ਜਿਹੜਾ ਕੰਮ ਹੋ ਗਿਆ। ਪਹਿਲਾਂ ਰੱਖ ਲਿਆ ਸੀ ਚੀਜ਼ਾਂ, ਅਸੀਂ ਦੱਸ ਨਹੀਂ ਸਕੇ ਸਾਲਣ, ਅਸੀਂ ਜਲਦੀ ਜਲਦੀ ਰੱਖ ਲਿਆ ਕਿ ਗੋਭੀ, ਆਲੂ, ਹਰੀਆਂ ਮਿਰਚਾਂ, ਪਿਆਜ਼, ਲਾਲ ਟਮਾਟਰ ਚੀਜ਼ਾਂ ਅਸੀਂ ਇਸਤੇਮਾਲ ਸਾਰੀਆਂ ਚੀਜ਼ਾਂ ਪਾ ਲਈਆਂ ਨੇ ਅਤੇ ਹੁਣ ਸਾਲਣ ਸਮੇਂ ਸਾਡਾ ਤਿਆਰ ਹੋ ਗਿਆ, ਧਾਰਾਂ ਦਾ ਸਾਡਾ ਟਾਈਮ ਹੋ ਗਿਆ, ਅਸੀਂ ਚੱਲੇ ਅਸੀਂ ਧਾਰਾਂ ਕੱਢਣਾ, ਜਲਦੀ ਜਲਦੀ ਬਣਾ ਲਈਏ ਅਤੇ ਸਾਲਣ ਬੜਾ ਮਜ਼ੇਦਾਰ ਸਾਡਾ ਪੱਕੂਗਾ। ਅਤੇ ਹੁਣ ਮਾੜਾ ਹਲਕਾ ਜਿਹਾ ਲਾਉਂਦੇ ਇਹਨੂੰ ਪਾਣੀ ਮਾੜਾ ਜਿਹਾ, ਇਹ ਹਰੀਆਂ ਮਿਰਚਾਂ ਅਸੀਂ ਥੋੜ੍ਹੀਆਂ ਲੰਮੀਆਂ ਕੱਟ ਕੇ ਵਿੱਚ ਪਾ ਲਈਆਂ, ਇਸ ਕਰਕੇ ਸਾਲਾਂ ਟੇਸਟੀ ਬਣ ਜਾਂਦਾ ਇਹਦੇ ਨਾਲ, ਹੁਣ ਦੇਣ ਲੱਗੇ ਡੱਕਾ, ਥੋੜ੍ਹੀ ਦੇਰ ਤੋਂ ਬਾਅਦ ਲਾ ਲਵਾਂਗੇ। ਕਿੰਨੀ ਜ਼ਬਰਦਸਤ ਸਾਲਣ ਬਣ ਗਿਆ, ਹੁਣ ਇਹਨੂੰ ਉਤਾਰ ਦਿੰਦੇ ਹਾਂ ਅਸੀਂ, ਚੱਲਦੇ ਹਾਂ ਕੱਢਣੇ ਹਾਂ ਸਾਰਾ। ਹੁਣ ਅਸੀਂ ਆ ਗਏ ਧਾਰਾ ਕੱਢਣ ਵਾਸਤੇ, ਅਸੀਂ ਧਾਰਾ